ਲਾ ਜੰਜਾਲ ਨੀਲਾ ਜੰਜਾਲ ਤੋਂ ਸੱਟ ਗਤ ਹੀਰੇ ਨੀ ਤੂੰ ਤੋੜ ਕੇ ਲਾਇਆ ਲਾਂਜਾ ਇਹ ਕੁੰਡੀ ਦਿਲ ਦੀ ਸਾਫ ਕਰੀ ਨੀ ਤੂੰ ਫੇਰ ਇਸ਼ਕ ਦਾ ਮਾਂਜਾ ਕੁੰਡੀ ਦਿਲ ਦੀ ਸਾਫ ਕਰੀ ਨੀ ਤੂੰ ਫੇਰ ਇਸ਼ਕ ਦਾ ਮਾਂਜਾ ਇਹ ਕਦੇ ਕਦੇ ਆਰਾਮ ਨਾ ਜੱਗ ਵਿੱਚ ਪਾਵੇ ਕਦੇ ਆਰਾਮ ਨਾ ਜੱਗ ਵਿੱਚ ਪਾਵੇ ਨੀ ਜਿਹੜਾ ਦੂਆਂ ਤਿਰਾਂ ਦਾ ਸਾਂਝਾ ਇੱਕੋ ਪਾਸਾ ਰਹੀ ਸੀ ਹੀਰੇ ਨੀ ਯਾ ਖੇੜੇ ਯਾਰਾਂ ਜਾ ਇੱਕੋ ਪਾਸਾ ਹੀਰ ਸਿਆਲੀ ਜੱਗ ਜਾਣੇ ਰਲ ਕੇ ਨਾਲ ਰਾਂਝੇ ਖੰਡ ਖੀਰ ਹੋ ਗਈ ਹੀਰ ਸਿਆਲੀ ਜੱਗ ਜਾਣੇ ਰਲ ਕੇ ਨਾਲ ਰਾਂਝੇ ਖੰਡ ਖੀਰ ਹੋ ਗਈ ਮਿਲਿਆ ਇਸ਼ਕ ਬਾਰ ਸਾਰਾ ਕਾਮਿਲ ਤੁਲ ਹੀਰਿਆਂ ਦੇ ਨਾਲ ਹੀਰ ਹੋ ਗਈ ਜੱਗ ਜਾਣ ਦਾ ਹੀਰ ਮਸ਼ਹੂਰ ਹੋ ਗਈ ਉਹਨੇ ਤਰਕ ਕੀਤਾ ਢਿੱਡੋਂ ਖੇੜਿਆਂ ਨੂੰ ਮੱਥਾ ਤਖਤ ਹਦਾਰੇ ਨੂੰ ਟੈਕ ਦਿੱਤਾ ਤੇ ਅੱਗ ਲਾਈ ਸੁਸੈਦੇ ਦੇ ਸੇਰਿਆਂ ਨੂੰ ਤੇਰੇ ਨਾਲੋਂ ਉਹ ਬੰਦਿਆ ਹੀਰ ਚੰਗੀ ਉਹ ਛੱਡ ਬੈਠੀਏ ਝਗੜੇ ਚੇੜਿਆਂ ਨੂੰ ਸਰਦਾਰ ਵੇਖ ਉਹ ਛੰਗ ਦੇ ਰਹਿਣ ਵਾਲੀ ਕਾਬਾ ਕਹਿੰਦੀ ਏ ਰਾਂਝੇ ਦੇ ਵੇੜਿਆਂ ਨੂੰ ਜਨਾਬ ਹੀਰ ਨੂੰ ਸੱਪ ਲੜ ਗਿਆ ਹੀਰ ਨੂੰ ਸੱਪ ਲੜ ਗਿਆ ਤੇ ਵਕਤ ਆਇਆ ਨਾ
ਉਹ ਜਾਨ ਲੈਣ ਵਾਲਾ ਬੇਲੀ ਆ ਗਿਆ। ਹੀਰ ਦੀ ਜਾਨ ਲੈਣ ਵਾਸਤੇ ਮਲਕਲ ਮੌਤ ਫਰਿਸ਼ਤਾ ਇਜ਼ਰਾਈਲ ਆ ਗਿਆ ਤੇ ਹੀਰ ਇੱਥੇ ਇਜ਼ਰਾਈਲ ਨੂੰ ਜਵਾਬ ਦਿੰਦੀ ਏ, ਆਂਦੀ ਏ, ਇੱਕੋ ਦਿਲ ਸੀ ਕੋ ਉਹ ਵੀ ਨਾ ਜਾਣਦੀ, ਇੱਕੋ ਦਿਲ ਸੀ ਕੋ ਉਹ ਵੀ ਦਿਲ ਭਰਦੀ, ਇੱਕੋ ਦਿਲ ਸੀ ਕੋ ਉਹ ਵੀ ਦਿਲ ਭਰਦੀ, ਇਹ ਸਰਕਾਰ ਤੋਂ ਸਦੀ ਕੇ ਕਰ ਛੱਡਿਆ, ਇੱਕੋ ਦਿਲ ਸੀ ਮੈਥੋਂ ਇਜ਼ਰਾਈਲਾ ਕੀ ਮੰਗਣਾ ਏ, ਮੈਥੋਂ ਇਜ਼ਰਾਈਲਾ ਕੀ ਮੰਗਣਾ ਏ, ਤਨ ਯਾਰ ਤੋਂ ਸਦੀ ਕੇ ਕਰ ਛੱਡਿਆ, ਜਿਹਦਾ ਮਾਲ ਏ ਰਾਂਝੇ ਕੋਲੋਂ ਵੇ ਮੰਗ ਜਾ ਕੇ, ਵੇ ਮੈਥੋਂ ਇਜ਼ਰਾਈਲਾ ਕੀ ਮੰਗਣਾ ਏ, ਜੋ ਕੁਛ
ਹੈ ਮੁਖੜਾ ਮਾਹੀ ਦਾ ਮੇਰਾ ਦੀਨ ਜੋ ਕੁਛ ਹੈ ਮੁਖ ਦਾ ਮਾਹੀ ਦਾ ਮੇਰਾ ਜੋ ਕੁਝ ਹੈ ਸੀ ਸੀਏ ਕੋਲ ਮੇਰੇ ਮੇਰਾ ਜੋ ਕੁਝ ਹੈ ਸੀ ਕੋਲ ਮੇਰੇ ਮੇਰੇ ਪਿਆਰ ਤੋਂ ਸਦੀ ਤੇ ਕਰ ਛੱਡਿਆ ਸਭ ਕੁਝ ਮਾਲ ਹਵਾਲੇ ਤੇਰੇ ਜਿੰਦੜੀ ਜਾਨ ਵੀ ਤੇਰੀ ਸਭ ਕੁਝ ਮਾਲ ਹਵਾਲੇ ਤੇਰੇ ਜਿੰਦੜੀ ਜਾਨ ਵੀ ਤੇਰੀ ਇਹ ਸਭ ਕੁਝ ਮਾਲ ਹਵਾਲੇ ਤੇਰੇ ਜਿੰਦੜੀ ਜਾਨ ਵੀ ਤੇਰੀ ਵੇ ਮੈਂ ਕੋ ਜੀ ਦਾ ਵਾਰਸ ਤੂੰ ਮੈਂ ਕੋ ਜੀ ਦਾ ਵਾਰਸ ਇਹ ਸ਼ਰਮ ਰੱਖੀ ਹੁਣ ਮੇਰੀ ਵੇ ਮੇਰਾ ਜੋ ਕੁਝ ਹੈ ਸੀ ਕੋਲ ਮੇਰੇ ਮੇਰੇ ਪਿਆਰ ਤੋਂ ਸਦੀ ਜਿਹਦਾ ਪੁੱਤ ਦਿਲ ਬਰ ਦੇ ਨਾਲ ਹੋਵੇ ਦੱਸ ਉਹਦਾ ਹਿਸਾਬ ਕਿਤਾਬ ਕਿਆ ਜਿਹਦਾ ਪੁੱਤ ਦਿਲ ਬਰ ਦੇ ਨਾਲ ਹੋਵੇ ਇਹ ਹੱਕ ਅਸਾਂ ਹੱਕ ਵਾਲਿਆਂ ਦਾ ਇਹ ਹੱਕ ਅਸਾਂ ਹੱਕ ਵਾਲਿਆਂ ਦਾ ਹੱਕਦਾਰ ਤੋਂ ਸਦੀ ਕੇ ਕਰ ਛੱਡਿਆ ਜੰਗਲਾਂ ਦੇ ਵਿੱਚ ਰੁੱਲ ਮੋਈ ਦੇ ਜੰਗਲਾਂ ਦੇ
ਕਿਵੇਂ ਜੰਗਲਾਂ ਦੇ ਵਿੱਚ ਰੁਲ ਮੋਈ, ਪੁੱਛ ਸਾਰ ਸੱਸੀ ਨੂੰ ਲੱਗੀਆਂ ਦੀ, ਕਿਵੇਂ ਜੰਗਲਾਂ ਦੇ ਵਿੱਚ ਰੁਲ ਮੋਈ, ਪੁੱਛ ਸਾਰ ਸੱਸੀ ਨੂੰ ਲੱਗੀਆਂ ਦੀ। ਇਹ ਸੁੱਖ ਚੈਨ ਤਖਤ ਜਿਸ ਡਾਚੀ ਦੇ, ਸੁੱਖ ਚੈਨ ਤਖਤ ਜਿਸ ਡਾਚੀ ਦੇ, ਅਸਵਾਰ ਤੋਂ ਸਦੀ ਕੇ ਕਰ ਚੱਲਿਆ। ਸੁੱਖ ਚੈਨ ਤਖਤ ਜਿਸ ਡਾਚੀ ਦੇ, ਅਸਵਾਰ ਤੋਂ ਸਦੀ ਕੇ ਕਰ ਚੱਲਿਆ। ਮੁੱਲ ਵਿਕਦਾ ਯਾਰ ਖਰੀਦ ਲਿਆ, ਮੁੱਲ ਵਿਕਦਾ ਯਾਰ ਖਰੀਦ ਲਿਆ, ਇਹ ਮੁੱਲ ਵਿਕਦਾ ਯਾਰ ਖਰੀਦ ਕਿਸ ਪਾ ਪੁੱਛ ਲੈ ਜ਼ੁਲੀਖਾ ਨੂੰ, ਲਿਆ ਕਿਸ ਪਾ ਪੁੱਛ ਲੈ ਜ਼ੁਲੀਖਾ ਨੂੰ, ਜਿਸ ਤਨ ਵੀ ਮਿਸਰ ਵਾਲੇ, ਜਿਸ ਤਨ ਵੀ ਜਿੰਦ ਵੀ ਮਿਸਰ ਵਾਲੇ, ਬਾਜ਼ਾਰ ਤੋਂ ਸਦੀ ਕੇ ਕਰ ਚੱਲਿਆ। ਜਿਸ ਤਨ ਵੀ ਜਿੰਦ ਵੀ ਮਿਸਰ ਵਾਲੇ, ਬਾਜ਼ਾਰ ਤੋਂ ਸਦੀ ਕਿਵੇਂ ਹੀਰ ਖਰੀਦੀ ਜਾਂਦੀ ਏ, ਹੀਰ ਖਰੀਦੀ ਜਾਂਦੀ ਏ, ਕਿਵੇਂ ਹੀਰ ਖਰੀਦੀ ਜਾਂਦੀ ਏ, ਇਹ ਖਬਰਾਂ ਨੇ ਜੱਟ ਰਾਂਝੇ ਨੂੰ, ਕਿਵੇਂ ਹੀਰ ਖਰੀਦੀ ਜਾਂਦੀ ਏ, ਇਹ ਖਬਰਾਂ ਨੇ ਜੱਟ ਰਾਂਝੇ ਨੂੰ, ਜਿਸ ਤਖਤ ਹਜ਼ਾਰੇ ਸਾਰੇ ਨੂੰ, ਜਿਸ ਤਖਤ ਹਜ਼ਾਰੇ ਸਾਰੇ ਨੂੰ, ਇਕਰਾਰ ਤੋਂ ਸਦੀ ਕੇ ਕਰ ਛੱਡਿਆ। ਜਿਸ ਤਖਤ ਹਜ਼ਾਰੇ ਸਾਰੇ ਨੂੰ, ਇਕਰਾਰ ਤੋਂ ਸਦੀ ਕੇ ਕਰ ਛੱਡਿਆ। ਜਿਸ ਤਖਤ ਹਜ਼ਾਰੇ ਸਾਰੇ ਨੂੰ, ਇਕਰਾਰ ਤੋਂ ਸਦੀ ਕੇ ਕਰ ਛੱਡਿਆ। ਜਿਸ ਤਖਤ ਹਜ਼ਾਰੇ ਸਾਰੇ ਨੂੰ, ਇਕਰਾਰ ਤੋਂ ਸਦੀ ਕੇ ਕਰ ਛੱਡਿਆ।
ਪੁੱਛਣਾ ਹੀ ਜਾ ਪੁੱਛ ਉਹਨੂੰ ਜਿਹਦੇ ਨਾਜ਼ਾ ਲੁੱਟ ਲਿਆ ਅਜ਼ਮਤ ਨੂੰ ਜੇ ਪੁੱਛਣਾ ਹੀ ਜਾ ਪੁੱਛਿਓ ਨੂੰ ਜਿਹਦੇ ਨਾਜ਼ਾ ਲੁੱਟ ਲਿਆ ਅਜ਼ਮਤ ਨੂੰ ਇਹ ਜਿਹਦੇ ਨਾਜ਼ਾ ਲੁੱਟ ਲਿਆ ਅਜ਼ਮਤ ਨੂੰ ਜਿਸ ਆਪਣੇ ਆਪ ਨੂੰ ਦਿਲ ਭਰਦੇ ਜਿਸ ਆਪਣੇ ਆਪ ਨੂੰ ਦਿਲ ਭਰਦੇ ਦੀਦਾਰ ਤੋਂ ਸਦੀ ਤੇ ਕਰ ਛੱਡਿਆ ਦੀਦਾਰ ਦਿਆਂ ਬੀਮਾਰਾਂ ਨੂੰ ਦੀਦਾਰ ਦਿਆਂ ਬੀਮਾਰਾਂ ਨੂੰ ਦੀਦਾਰ ਦਿਆਂ ਬੀਮਾਰਾਂ ਨੂੰ ਦਰਦਾਂ ਦੀ ਅੱਜ ਦਵਾ ਮਿਲ ਗਈ ਇਹ ਬੀਮਾਰ ਦਿਆਂ ਬੀਮਾਰਾਂ ਨੂੰ ਦੀਦਾਰ ਦਿਆਂ ਬੀਮਾਰਾਂ ਨੂੰ ਦਰਦਾਂ ਦੀ ਅੱਜ ਦਵਾ ਮਿਲ ਗਈ ਦੀਦਾਰ ਦੇ ਬਿਮਾਰ ਦੀ ਤੇ ਦਵਾ ਹੈ ਹੀ ਕੋਈ ਨਹੀਂ ਤਾਂ ਦਵਾ ਕਿੱਥੋਂ ਮਿਲੀ ਕਿੱਥੋਂ ਮਿਲੀ ਦਵਾ ਨਾੜੀ ਛੱਡ ਦੇ ਨਾੜੀ ਛੱਡ ਦੇ ਤਬੀਬਾ ਮੇਰੀ ਵੇ ਤੈਨੂੰ ਨਹੀਂ ਮੇਰਾ ਰੋਗ ਲੱਭਣਾ ਨਾੜੀ ਛੱਡ ਦੇ ਤਬੀਬਾ ਮੇਰੀ ਤੈਨੂੰ ਨਹੀਂ ਮੇਰਾ ਵੇ ਹਾਏ ਵੇ ਰੋਗ ਲੱਭਣਾ ਕਿਉਂ ਵੇ ਤੂੰ ਤੇ ਸਿੱਖੀ ਨਵੀਂ ਹਕੀਮੀ ਇਹ ਹੈ ਮਰਜ਼ ਪੁਰਾਣੀ ਵੇ ਜਿਉਂ ਜਿਉਂ ਦੇਵੇਂ ਪੁੜੀਆਂ ਜੁਸ਼ਾਂ ਦੇ ਵੇ ਤਿਉਂ ਤਿਉਂ ਵੱਧਦੀ ਜਾਣੀ ਦੀਦਾਰ ਦਿਆਂ ਬਿਮਾਰਾਂ ਨੂੰ ਦੀਦਾਰ ਦਿਆਂ ਬਿਮਾਰਾਂ ਨੂੰ ਦਰਦਾਂ ਦੀ ਅੱਜ ਦਵਾ ਮਿਲ ਗਈ ਇਹ ਗਲਤ ਗੱਲ ਹੈ ਇਹਦੀ ਦਵਾ ਹੀ ਕੋਈ ਨਹੀਂ ਇਹਦੀ ਦਵਾ ਹੈ ਨਹੀਂ ਕਿਉਂ ਇਹਦੇ ਵਿੱਚ ਸ਼ਫਾ ਦੇ ਦਵਾ ਹੈ ਨਹੀਂ ਬਿਲਕੁਲ ਕੋਈ ਨਹੀਂ ਬੜੇ ਬੜੇ ਹਕੀਮ ਇਹ ਹੀ ਨੇ ਨਾ ਬੁਕਰਾਤ ਸੁਕਰਾਤ ਜੈਲੀਨੂਸ ਅਫਲਾਤੂਨ ਲੁਕਮਾਨ ਹਕੀਮ ਰੱਬੋ ਤਿਬ ਇਹ ਹੀ ਨੇ ਨਾ ਵੱਡੇ ਹਕੀਮ ਲਾ ਟਿਲ ਛੜਿਆ ਇਲਾਜ ਇਹਨਾਂ ਕੋਲੋਂ ਵੀ ਨਹੀਂ ਹੋਇਆ ਦੀਦਾਰ ਦੇ ਬਿਮਾਰ ਦਾ
ਕਰੋੜਾਂ ਰੁਪਏ ਲਾਏ ਨੇ, ਆਰਾਮ ਨਹੀਂ ਆਇਆ। ਹਾਜੀ ਜੀ ਜੇ ਆਰਾਮ ਆਇਆ ਤੇ ਪੰਜਾਂ ਪੈਸਿਆਂ ਨਾਲ ਆ ਗਿਆ। ਸੁਭਾਨ ਅੱਲਾ। ਦੀਦਾਰ ਦੇ ਬਿਮਾਰ ਨੂੰ ਪਹਿਲਾਂ 5 ਪੈਸੇ ਸਨ, ਹੁਣ ਪਤਾ ਨਹੀਂ 4 ਦੇ ਹੋ ਗਏ ਨੇ। ਉਹ ਦਵਾਈ ਦੇ ਸ਼ਫਾ ਮਿਲ ਗਈ ਹੈ ਸਿਰਫ ਇੱਕ ਚੁਆਨੀ ਨਾਲ। ਕਰੋੜਾਂ ਰੁਪਏ ਲਾਏ ਨੇ, ਦੀਦਾਰ ਦੇ ਬਿਮਾਰ ਨੂੰ ਸ਼ਫਾ ਨਹੀਂ ਹੋਈ, ਤੇ ਜੇ ਹੋਈ ਤੇ 4 ਆਨੇ ਤੋਂ ਹੋ ਗਈ ਹੈ। ਮੈਂ ਅਰਜ਼ ਕਰਨਾ ਉਹ ਨੁਸਖਾ ਕਿਹੜਾ? ਦੀਦਾਰ ਦਿਆ ਬਿਮਾਰਾਂ ਨੂੰ, ਦਰਦਾਂ ਦੀ ਅੱਜ ਦਵਾ ਮਿਲ ਗਈ, ਜਿੱਥੇ ਪੇਸ਼ ਨਾ ਗਈ ਇਹ ਤਬੀਬਾਂ ਦੀ, ਜਿੱਥੇ ਪੇਸ਼ ਨਾ ਗਈ ਇਹ ਤਬੀਬਾਂ ਦੀ। ਤੇਰਾ ਖਤ ਆਇਆ ਤੇ ਸ਼ਫਾ ਮਿਲ ਗਈ, ਜਿੱਥੇ ਪੇਸ਼ ਨਾ ਗਈ ਇਹ ਤਬੀਬਾਂ ਦੀ। ਤੇਰਾ ਖਤ ਆਇਆ ਤੇ ਸ਼ਫਾ ਮਿਲ ਗਈ, ਮਿਲ ਗਈ। ਰੱਖਣਾ, ਬੜੀਆਂ ਨਮਾਜ਼ਾਂ ਪੜ੍ਹਨਾ, ਬੜੇ ਕਲਮੇ ਪੜ੍ਹਨਾ, ਉਹ ਦੇਣਾ ਜ਼ਕਾਤਾਂ, ਉਹ ਕਰਨਾ ਹਾਜੇ ਤੇ ਦੇਣਾ ਉਸ਼ਰ। ਕਾਹਦੇ ਵਾਸਤੇ? ਜੰਨਤ ਵਾਸਤੇ। ਜੰਨਤ ਵਾਸਤੇ ਸਾਰੀਆਂ ਚੀਜ਼ਾਂ ਆਕਾਮੇ ਸ਼ਰੀਅਤ ਬਜਾ ਲਾਂਦਾ ਇਨਸਾਨ ਦੇ ਵਾਸਤੇ, ਜੰਨਤ ਜੰਨਤ ਵਾਸਤੇ, ਜੰਨਤ ਵਾਸਤੇ ਤੇ ਨਾ ਕਰੇ ਸਾਰੇ ਕੰਮ। ਕਿਉਂ ਜੰਨਤ ਨਹੀਂ ਮਿਲਣੀ? ਕਿਉਂ? ਆਹ ਮੈਂ ਤੈਨੂੰ ਦੱਸਾਂ। ਕਦੋਂ ਹੂਰਾ ਜੋਗਾ ਰਹਿ ਜਾਂਦਾ, ਕਦੋਂ ਹੂਰਾ ਜੋਗਾ ਰਹਿ ਜਾਂਦਾ। ਇਹ ਹੀ ਮਕਸਦ ਨੇ ਤੇਰਾ ਕਿ ਮੈਂ ਜੰਨਤ ਵਿੱਚ ਜਾਵਾਂਗਾ ਤੇ ਜੰਨਤ ਵਿੱਚ ਹੂਰਾਂ ਨੇ ਤੇ ਫਰਮਾਨ ਕਰ ਗਏ ਨੇ ਉਲਾਮਾ ਸਾਹਿਬ, ਲੱਭਣੀਆਂ ਕੋਈ ਨਹੀਂ, ਐਵੇਂ ਵਾਅਦਾ ਹੀ ਕੀਤਾ ਖੁਦਾ ਨੇ ਸਾਡੇ ਨਾਲ। ਕਹਿਰ ਤੋਂ ਇਹ ਹੈ ਕਿ ਕਾਫਰ ਕੋ ਮਿਲੇ ਹੂਰੋ ਕਸੂਰ, ਕਹਿਰ ਤੋਂ ਇਹ ਹੈ ਕਿ ਕਾਫਰ ਕੋ ਮਿਲੇ ਹੂਰੋ ਕਸੂਰ, ਔਰ ਇਨ ਮੁਸਲਮਾਂ ਕੋ ਫਕਤ ਵਾਅਦਾ ਹੂਰ। ਸਾਡੇ ਨਾਲ ਵਾਅਦਾ ਕੀਤਾ ਸੂ, ਮਿਲਣੀਆਂ ਨੇ ਖੋਰੇ ਕਿ ਨਹੀਂ ਮਿਲਣੀਆਂ, ਵਾਅਦਾ ਉਹਨੇ ਕੀਤਾ ਜੰਨਤ ਵਿੱਚ ਦਿਨ ਦਿਆਂ ਦਾ। ਹੂਰਾਂ ਤੂੰ ਹੂਰਾਂ ਦੇ ਲਾਲਚ ਵਿੱਚ ਆ ਕੇ ਨਮਾਜ਼ਾਂ ਪੜ੍ਹਨਾ, ਇੰਨੀ ਗੱਲ ਨਹੀਂ ਤੇ ਆ ਸੁਣ। ਤਦੋਂ ਹੂਰਾਂ ਜੋਗਾ ਰਹਿ ਜਾਂਦਾ, ਜਿਹਨੂੰ ਇਸ਼ਕ ਦਾ ਹੂਰਾ ਠੁੱਕ ਜਾਵੇ, ਕਦੋਂ ਹੂਰਾ ਜੋਗਾ ਰਹਿ ਜਾਂਦਾ, ਜਿਹਨੂੰ ਇਸ਼ਕ ਦਾ ਹੂਰਾ ਠੁੱਕ ਜਾਵੇ।
ਦਹੂਰਾ ਠੁੱਕ ਜਾਵੇ ਉਸ ਅਜ਼ਮਤ ਜੰਨਤ ਕੀ ਕਰਨੀ ਉਸ ਅਜ਼ਮਤ ਜੰਨਤ ਕੀ ਕਰਨੀ ਜਿਹਨੂੰ ਯਾਰ ਦੇ ਦਰ ਤੇ ਜਾ ਮਿਲ ਗਈ ਮੈਨੂੰ ਇਹ ਦੱਸ ਉੱਥੇ ਵੀ ਰੱਬ ਹੈਗਾ ਉੱਥੇ ਆਉਣਾ ਨਾ ਉੱਥੇ ਹੀ ਹੈ ਰੱਬ ਦਾ ਘਰ ਜਿਵੇਂ ਤੇ ਘਰ ਹੀ ਰਹਿੰਦਾ ਹੋਵੇਗਾ ਜੇ ਕਾਬੇ ਦੇ ਵਿੱਚ ਰੱਬ ਵਸਦਾ ਤੇ ਮੈਨੂੰ ਇੱਕ ਹੋਰ ਗੱਲ ਦਾ ਜਵਾਬ ਦੇ ਜੇ ਸਿਰਫ ਉੱਥੇ ਹੀ ਹੈ ਤੇ ਇੱਥੇ ਕੌਣ ਹੈ ਉੱਥੇ ਹੀ ਨਹੀਂ ਰਾ ਨਹੀਂ ਇੱਥੇ ਵੀ ਹੈ ਜੇ ਕਾਬੇ ਦੇ ਵਿੱਚ ਰੱਬ ਵਸਦਾ ਇਸ ਬੁੱਤਖਾਨੇ ਵਿੱਚ ਕਿਹੜਾ ਹੈ ਜੇ ਕਾਬੇ ਦੇ ਵਿੱਚ ਰੱਬ ਵਸਦਾ ਇਸ ਬੁੱਤਖਾਨੇ ਵਿੱਚ ਕਿਹੜਾ ਹੈ ਜੇ ਕਾਬੇ ਦੇ ਵਿੱਚ ਰੱਬ ਵਸਦਾ ਇਸ ਬੁੱਤਖਾਨੇ ਵਿੱਚ ਕਿਹੜਾ ਹੈ ਆਬਾਦ ਜੇ ਰੱਬ ਆਬਾਦੀਆਂ ਵਿੱਚ ਆਬਾਦ ਜੇ ਰੱਬ ਆਬਾਦੀਆਂ ਦਸ ਵੀਰਾਂ ਨੇ ਵਿੱਚ ਕਿਹੜਾ ਹੈ ਬੇਸ਼ੱਕ ਸ਼ਰਾਬ ਹਰਾਮ ਮੁੱਲਾ ਬੇਸ਼ੱਕ ਸ਼ਰਾਬ ਹਰਾਮ ਮੁੱਲਾ ਬੇਸ਼ੱਕ ਸ਼ਰਾਬ ਹਰਾਮ ਮੁੱਲਾ ਬੇਸ਼ੱਕ ਸ਼ਰਾਬ ਹਰਾਮ ਮੁੱਲਾ ਨਹੀਂ ਨਹੀਂ ਹਰਾਮ ਅਸਾਂ ਸਮਝਿਆ ਸਮਝ ਹਰਾਮ ਆਪਣੀ ਆਏ ਬੇਸ਼ੱਕ ਸ਼ਰਾਬ ਹਰਾਮ ਮੁੱਲਾ ਅਸਾਂ ਸਮਝਿਆ ਸਮਝ ਹਰਾਮ ਆਪਣੀ ਜਿਹਨੂੰ ਪੀ ਕੇ ਰਿੰਦ ਐਨਲ ਹੱਕ ਬੋਲਣ ਜਿਹਨੂੰ ਪੀ ਕੇ ਰਿੰਦ ਐਨਲ ਹੱਕ ਬੋਲਣ ਉਸ ਪੈਮਾਨੇ ਵਿੱਚ ਕਿਹੜਾ ਏ ਜਿਹਨੂੰ ਪੀ ਕੇ ਐਨਲ ਹੱਕ ਬੋਲਣ ਉਸ ਪੈਮਾਨੇ ਉਂਗਲ ਰੱਖ ਮੈਂ ਮਨ ਜਾਵਾਂ ਉਂਗਲ ਰੱਖ ਮੈਂ ਮਨ ਜਾਵਾਂ ਆ ਉਂਗਲ ਰੱਖ ਮੈਂ ਮਨ ਜਾਵਾਂ ਆ ਉਂਗਲ ਰੱਖ ਕੀ ਮਨ ਜਾਵਾਂ ਕਿਹੜੀ ਸ਼ੈ ਹੈ ਉਸ ਦੇ ਅਮਰ ਬਿਨਾ ਆ ਉਂਗਲ ਰੱਖ ਮੈਂ ਮਨ ਜਾਵਾਂ ਆ ਉਂਗਲ ਰੱਖ
ਬਣ ਜਾਵਾ ਕਿਹੜੀ ਸ਼ੈ ਉਸ ਅਮਰ ਬਿਨਾ ਕਿਹੜੀ ਸ਼ੈ ਉਸ ਅਮਰ ਬਿਨਾ ਕਿਹੜੀ ਸ਼ੈ ਜੇ ਉਸ ਅਮਰ ਬਿਨਾ ਜਿਹੜਾ ਲੈਲਾ ਨੂੰ ਰੱਬ ਮੰਨਦਾ ਏ ਜਿਹੜਾ ਲੈਲਾ ਨੂੰ ਰੱਬ ਮੰਨਦਾ ਏ ਉਹ ਦੀਵਾਨੇ ਵਿੱਚ ਕਿਹੜਾ ਏ یہ منتخب قوالیاں آواز کی دنیا کے معروف ادارے محفل ریکارڈنگ سینٹر لاہور کی طرف سے پیش کی گئی۔ ریڈیو پاکستان لاہور کے اناؤنسر ضمیر فاطمی کو اجازت دیجیے، خدا حافظ۔